ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੱਲ ਪ੍ਰਧਾਨ ਮੰਤਰੀ ਜੀ ਪੰਜਾਬ ਦੀ ਫੇਰੀ ਤੇ ਆ ਰਹੇ ਨੇ ਉਹਦਾ ਪੂਰੇ ਪੰਜਾਬ ਦੇ ਵਿੱਚ ਗੋਲਡਨ ਗੇਟ ਅੰਮ੍ਰਿਤਸਰ ਸਮੇਤ ਅਰਥੀਆਂ ਸਾੜ ਕੇ ਵਿਰੋਧ ਕੀਤਾ ਜਾਊਗਾ ਕਿਉਂਕਿ ਲਖੀਮਪੁਰ ਖਰੀ ਦੇ ਵਿੱਚ ਜਿਵੇਂ ਕਿਸਾਨਾਂ ਤੇ ਪੱਤਰਕਾਰ ਦੇ ਕਤਲ ਕੀਤੇ ਗਏ ਜਿਵੇਂ ਸੁਸ਼ੀਲ ਕਾਂਜਲਾ ਜੀ ਦਾ ਡਾਂਗਾ ਮਾਰ ਕੇ ਕਤਲ ਕਰਕੇ ਇਹਨਾਂ ਨੂੰ ਸ਼ਹੀਦ ਕੀਤਾ 750 ਤੋਂ ਵੱਧ ਕਸਹਾਨ ਸ਼ਹੀਦ ਹੋਏ ਉਹਨਾਂ ਨਾਲ ਜਿਹੜੇ ਵਾਅਦੇ ਕੀਤੇ ਸੀਗੇ ਉਹ ਅਜੇ ਤੱਕ ਵਫਾ ਨਹੀਂ ਹੋਏ ਦਿੱਲੀ ਅੰਦੋਲਨ ਦੇ ਵਿੱਚ ਉਦੋਂ ਬਾਅਦ ਜਿਵੇਂ BBMP ਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕੀਤੀ ਗਈ ਜਿਵੇਂ ਬਿਜਲੀ ਵੰਡ ਦਾ ਕੰਮ ਪ੍ਰਾਈਵੇਟ ਕਾਰਪੋਰੇਟਰ ਨੂੰ ਦਿੱਤਾ ਦਿੱਤਾ ਗਿਆ ਤੋਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਕਿ ਕਿਵੇਂ ਪੰਜਾਬ ਨੂੰ ਅਜਾੜਿਆ ਜਾ ਰਿਹਾ ਔਰ ਅਸੀਂ ਪੰਜਾਬ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਡੇਰੇਦਾਰਾਂ ਨੂੰ ਬੇਨਤੀ ਕਰਾਂਗਾ ਪੀ ਥੋੜਾ ਕੰਮ ਮਾਨਵਤਾ ਦੇ ਭਲੇ ਲਈ ਆ ਔਰ ਕਿਸਾਨਾਂ ਮਜ਼ਦੂਰਾਂ ਦੇ ਸਭ ਤੋਂ ਵੱਡੇ ਵਿਰੋਧੀ ਮੋਦੀ ਜੀ ਨੇ ਤੋਂ ਆਪਾਂ ਨੂੰ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਇਹਦੇ ਨਾਲ ਜਿਹੜਾ ਮੋਰਬੀ ਦੇ ਵਿੱਚ ਹਾਦਸਾ ਹੋਇਆ ਉਹ ਜਿੰਨੇ ਵੀ ਪਰਿਵਾਰਾਂ ਦੇ ਜੀ ਵਿਛੜੇ ਆ ਉਹਨਾਂ ਨਾਲ ਸਾਡੀ ਸੰਵੇਦਨਾ ਵਾ ਔਰ ਜਿਹੜੇ ਕੰਪਨੀ ਦੇ ਐਮ ਡੀ ਆ ਉਹਨਾਂ ਨੂੰ ਪਰਚੇ ਵਿੱਚ ਪਾ ਕੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਉਸ ਮੁੱਦੇ ਤੋਂ ਧਿਆਨ ਹਟਾਉਣ ਲਈ ਜਿਹੜਾ ਮੋਦੀ ਸਰਕਾਰ ਆ ਉਹ ਕਾਰਪੋਰੇਟ ਪੱਖੀ ਜਿਹੜਾ ਮੀਡੀਆ ਵਾ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ ਬਦਨਾਮ ਕਰਨ ਤੇ ਲੱਗਾ ਹੋਇਆ ਖਾਸ ਕਰਕੇ ਹਵਾ ਦੇ ਪ੍ਰਦੂਸ਼ਣ ਲਈ ਹਵਾ ਦੇ ਵਿੱਚ ਪ੍ਰਦੂਸ਼ਣ ਕੱਲਾ ਪਰਾਲੀ ਨਾਲ ਨਹੀਂ ਪਰਾਲੀ ਨਾਲ ਤਾਂ ਕੱਲਾ 4.5% ਹੁੰਦਾ ਜਿਹੜਾ ਸੁਪਰੀਮ ਕੋਰਟ ਦੀ ਰਿਪੋਰਟ ਦਾਖਲ ਹੋਈ ਆ ਇਹ ਤੋਂ ਇਹ ਤੋਂ ਬਾਅਦ 95% ਜਿਵੇਂ ਇੰਡਸਟਰੀ ਆ ਜਿਵੇਂ ਆਵਾਜਾਈ ਦੇ ਸੰਸਾਧਨ ਆ ਘਰੇਲੂ ਰਸੋਈ ਉਦਯੋਗ ਆ ਹੋਰ ਹਵਾ ਦੇ ਵਿੱਚ ਕਟਾ ਮਿੱਟੀ ਢੂਡ ਦੇ ਕਾਰਨ ਵੀ ਹੈਗੇ ਆ ਉਹਨਾਂ ਤੇ ਕੋਈ ਚਰਚਾ ਮੀਡੀਆ ਵਿੱਚ ਨਹੀਂ ਹੋ ਰਹੀ ਹੈਗੀ ਤੋਂ ਇਸ ਮਸਲੇ ਦਾ ਹੱਲ ਕੀਤਾ ਜਾਣਾ ਅਸੀਂ ਪ੍ਰਦੂਸ਼ਣ ਦੇ ਹੱਕ 'ਚ ਨਹੀਂ ਹੈਗੇ ਤੀਸਰਾ ਪੰਜਾਬ ਸਰਕਾਰ ਜਿਹੜੀਆਂ ਰੈੱਡ ਇੰਟਰੀਆਂ ਪਾ ਰਹੀ ਆ ਜਿਹੜੇ ਮੁਕਦਮੇ ਕਰ ਰਹੀ ਆ ਜਿਹੜਾ ਪੰਜਾਬ ਸਰਕਾਰ ਦਾ ਨੰਬਰਦਾਰਾਂ ਦੇ ਨੂੰ ਹੁਕਮ ਚਾੜੇ ਗਏ ਆ ਇਹ ਗਲਤ ਹੈਗੇ ਆ ਇਹਦਾ ਵਿਰੋਧ ਆ ਇਹਦੇ ਨਾਲ ਮਸਲੇ ਦਾ ਹੱਲ ਨਹੀਂ ਹੋਣਾ ਹੈਗਾ ਧੰਨਵਾਦ